ਅੱਜ ਆਪਾਂ ਬਣਾਇਆ ਘਰ ਵਿੱਚ ਟਿੱਕੀ ਪਕੌੜਾ। ਇਹ ਬਹੁਤ ਹੀ ਸਵਾਦ ਤੇ ਮਸਾਲੇਦਾਰ ਬਣਦੇ ਆ। ਇਹਦੇ ਵਿੱਚ ਆਪਾਂ ਕਿਹੜੇ ਕਿਹੜੇ ਮਸਾਲੇ ਪਾਏ ਅੱਗੇ ਤੁਸੀਂ ਜਾ ਕੇ ਵੀਡੀਓ ਚ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ। ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ, ਰਾਜ ਖੁਸ਼ੀ ਹੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਇਹ ਸੂਜੀ। ਵਿੱਚ ਪਾਵਾਂਗੇ ਆਪਾਂ 2-3 ਚਮਚੇ ਬੇਸਣ ਦੇ, ਤੇ ਨਾਲ ਪਾਵਾਂਗੇ ਚੌਲਾਂ ਦਾ ਆਟਾ, ਨਾਲ ਆਪਾਂ ਪਾਵਾਂਗੇ 1 ਕੌਲੀ ਦਹੀਂ। ਇਹਦਾ ਅੱਜ ਆਪਾਂ ਨਵੇਂ ਤਰੀਕੇ ਦਾ ਨਾਸਤਾ ਬਣਾਵਾਂਗੇ, ਪਕੌੜਾ ਟਿੱਕੀ। ਨਾਲ ਆਪਾਂ ਬਣਾਵਾਂਗੇ ਪੁਦੀਨੇ ਦੀ ਹਰੀ ਚਟਨੀ। ਨਾਲ ਆਪਾਂ ਲਿਆ ਪੁਦੀਨਾ, ਇਹਦੇ ਵਿੱਚ ਆਪਾਂ 2-4 ਲਸਣ ਦੀਆਂ ਕਲੀਆਂ ਪਾ ਕੇ, 2 ਮਿਰਚਾਂ ਪਾ ਕੇ ਇਹਦੀ ਚਟਨੀ ਹਰੀ ਬਣਾਵਾਂਗੇ। ਸੂਜੀ ਦੇ ਨਾਸਤੇ 'ਚ 2 ਆਲੂ ਪਾਵਾਂਗੇ ਕੱਦੂਕਸ ਕਰਕੇ। ਇਹ ਧੋਣ ਵਾਸਤੇ ਆਪਾਂ ਪੂਦਨਾ ਜਾਰ 'ਚ ਪਾ ਲੈਂਦੇ ਹਾਂ। 1 ਮਿਰਚਾਂ ਵੀ ਪਾ ਲਾਂਗੇ, ਇਹ 2-4 ਲਸਣ ਦੀਆਂ ਕਲੀਆਂ ਪਾ ਲਾਂਗੇ, ਆਪਾਂ ਥੋੜੇ ਜਿਹੇ 2 ਗੰਡਿਆਂ ਦੇ ਲੱਛੇ ਪਾ ਲਾਂਗੇ ਚਟਨੀ 'ਚ, ਜੀਰਾ ਪਾ ਲਾਂਗੇ। ਇਹ ਆਪਾਂ 2 ਚਮਚੇ ਚਟਨੀ 'ਚ ਦਹੀਂ ਪਾ ਲਾਂਗੇ, ਤੇ ਇਹਨਾਂ 'ਚ ਆਪਾਂ ਲੂਣ ਪਾਵਾਂਗੇ। ਇਹਨੂੰ ਬੰਦ ਕਰ ਦਿੰਦੇ ਹਾਂ, ਇਹਨੂੰ ਆਪਾਂ ਗੇੜਾ ਦਵਾ ਲਾਂਗੇ। ਇਹ ਜਿਹੜੇ ਆਲੂ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਧੋਤੇ ਸੀ, ਇਹਨਾਂ ਨੂੰ ਆਪਾਂ ਕੱਦੂਕਸ ਕਰ ਲੈਂਦੇ ਹਾਂ। ਕੱਦੂਕਸ ਪਾਣੀ 'ਚ ਹੀ ਕਰਨੇ ਆ ਕਿਉਂਕਿ ਆਲੂ ਜਿਹੜੇ ਆ ਇਹ ਲਾਲ ਜਿਹੇ ਹੋ ਜਾਂਦੇ ਆ ਬਾਹਰ। 1 ਕੌਲੀ ਜਿਹੜੀ ਆ ਆਪਾਂ ਸੂਜੀ ਪਾ ਲੈਂਦੇ ਹਾਂ, ਥੋੜਾ ਜਿਹਾ ਆਪਾਂ ਬੇਸਣ ਪਾ ਲਾਂਗੇ, 2 ਕੁ ਕੜਛੀਆਂ ਪਾਉਂਦੇ ਹਾਂ ਆਪਾਂ। ਚੌਲਾਂ ਦਾ ਆਟਾ ਪਾ ਲਾਂਗੇ ਇੰਨਾ ਕੁ, ਆਪਾਂ ਗੰਢੇ ਕੱਟ ਕੇ ਲਏ ਆ ਇਹ ਪਾ ਲਾਂਗੇ ਆਪਾਂ। ਆਪਾਂ ਪਾ ਲਾਂਗੇ ਇੰਨੀ ਕੁ ਹਰੀ ਮਿਰਚ ਜਿਹੜੀ ਆਪਾਂ ਕੱਟ ਕੇ ਲਈ ਬਰੀਕ ਬਰੀਕ। ਇਹ ਆਪਣਾ ਭਾਂਡਾ ਛੋਟਾ ਹੀ ਬਾਉਲ ਹੈ, ਇਹ ਆਪਾਂ ਬਦਲ ਕੇ ਸਟੀਲ ਦਾ ਲੈ ਲਿਆ, ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਜਿਹੜੇ ਆਲੂ ਦੇ ਲੱਛੇ ਕੱਟ ਕੇ ਲਏ ਆ, ਆਲੂ ਦੇ ਲੱਛੇ ਜਿਹੜੇ ਆਪਾਂ ਕ੍ਰੈਸ਼ ਕਰਕੇ ਲਏ ਆ। ਇਹ ਆਪਾਂ 1 ਕੌਲੀ ਦਹੀਂ ਲਿਆ ਵਾ, ਇਹ ਆਪਾਂ ਇਹਦੇ ਵਿੱਚ ਨਾਲ ਹੀ ਦਹੀਂ ਪਾ ਲਾਂਗੇ। ਸਵਾਦ ਅਨੁਸਾਰ ਆਪਾਂ ਲੂਣ ਪਾ ਲੈਂਦੇ ਹਾਂ, ਇੰਨਾ ਕੁ ਆਪਾਂ ਜੀਰਾ ਪਾ ਲਾਂਗੇ, ਇੰਨਾ ਕੁ ਆਪਾਂ ਅਨਾਰਦਾਨਾ ਪਾ ਲਾਂਗੇ ਪੀਸਾ, ਆਪਾਂ ਕਾਲੀ ਮਿਰਚ ਪਾ ਲਾਂਗੇ ਦੜੋ ਸੜ ਕੀਤੀ ਹੈ, ਚਿਲੀ ਫਲਿਕਸ ਪਾ ਲਾਂਗੇ, ਇੰਨਾ ਕੁ ਆਮਚੂਰ ਪਾ ਲਾਂਗੇ। ਚਿਲੀ ਫਲਿਕਸ ਨਾਲ ਤਿੱਖਾ ਹੋ ਜੂਗਾ, ਕਾਲੀ ਮਿਰਚ ਵੀ ਆਪਾਂ ਪਾਈ ਹੈ, ਤੇ ਹੁਣ ਆਪਣੇ ਸਾਰੇ ਮਸਾਲੇ ਪੈ ਗਏ, ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ। ਅਜੇ ਮੈਂ ਤੈਨੂੰ ਖੋਲ ਕੇ ਕੀ ਦਿਖਾਵਾਂ, ਜੇ ਉਹ ਦਹੀਂ ਵੀ ਹੋਰ ਪੈਣਾ ਵਾ। ਇੰਡਕਸ਼ਨ ਆਪਾਂ ਔਨ ਕਰ ਲਿਆ ਤੇ ਉੱਤੇ ਪੈਨ ਰੱਖ ਲਿਆ ਵਾ, ਇਹਦੇ ਵਿੱਚ ਆਪਾਂ ਪਾ ਲਾਂਗੇ, ਪੈਨ ਗਰਮ ਹੋ ਗਿਆ ਤੇ ਤੇਲ ਪਾ ਲੈਂਦੇ ਆਪਾਂ ਸਰੋਂ ਦਾ, ਇੰਨਾ ਕੁ ਆਪਾਂ ਮਿੱਠਾ ਸੋਡਾ ਖਾਣ ਵਾਲਾ ਜਿਹੜਾ ਸੋਡਾ ਉਹ ਪਾ ਲਾਂਗੇ, ਇਹਦੇ ਨਾਲ ਥੋੜੇ ਜਿਹੇ ਪੁੱਲੇ ਹੋ ਜਾਣਗੇ ਪਕੌੜੇ ਆਪਣੇ। ਬਸ ਇੱਦਾਂ ਦਾ ਰੱਖਣਾ ਬੈਟਰ, ਆਪਾਂ ਬਹੁਤਾ ਪਤਲਾ ਨਹੀਂ ਕਰਨਾ, ਬੈਟਰ ਆਪਣਾ ਵਧੀਆ ਬਣ ਗਿਆ ਵਾ। ਤੇਲ ਸੜਨ ਦੀ ਆਪਾਂ ਵੇਟ ਕਰਨ ਡਏ ਆ, ਆਪਾਂ ਤੇਲ ਸੜ ਗਿਆ ਤੇ ਆਪਾਂ ਪਕੌੜੇ ਤਲਾਂਗੇ। ਤੇਲ ਆਪਣਾ ਗਰਮ ਹੋ ਗਿਆ ਵਾ ਤੇ ਥੋੜਾ ਜਿਹਾ ਆਪਾਂ ਇਹਨੂੰ ਇੰਡਕਸ਼ਨ ਨੂੰ ਘੱਟ ਕਰ ਲਾਂਗੇ, ਆਪਾਂ ਪਾਉਣੇ ਇਹਦੇ ਵਿੱਚ ਸੈਲੋ ਫਰਾਈ ਆਪਾਂ ਕਰਾਂਗੇ ਬਹੁਤੇ, ਆਪਾਂ ਤੇਲ ਪਾਦੇ ਵਿੱਚ ਡੋਬ ਕੇ ਨਹੀਂ ਕੱਢਣੇ। ਇਹਨਾਂ ਦੀ ਦੂਜੀ ਸਾਈਡ ਕਰ ਲੈਂਦੇ ਆਪਾਂ,
ਇੱਦਾਂ ਮਿੱਠੀ ਮਿੱਠੀ ਅੱਗ ਤੇ ਆਪਾਂ ਨੂੰ ਪਕਾਵਾਂਗੇ। ਇਹ ਨਾਸਤਾ ਬਹੁਤ ਵਧੀਆ ਬਣਦਾ ਵਾ ਤੇ ਥੋੜੇ ਜਿਹੇ ਘਰ ਵਿੱਚ ਜਿਹੜਾ ਸਮਾਨ ਉਹਦੇ ਨਾਲ ਹੀ ਬਣ ਜਾਂਦਾ ਵਾ ਤੇ ਬਹੁਤ ਵਧੀਆ ਬਹੁਤ ਸਵਾਦ ਬਣਦਾ। ਟਿੱਕੀ ਪਕੌੜਾ ਆਪਣਾ ਬਹੁਤ ਵਧੀਆ ਬਣਿਆ ਵਾ, ਇਹਨੂੰ ਆਪਾਂ ਕੱਢ ਲੈਂਦੇ ਹਾਂ। ਆਲੋ ਜੀ, ਆਪਣੀ ਜਿਹੜਾ ਨਾਸਤਾ ਆਪਾਂ ਬਣਾਇਆ ਟਿੱਕੀ ਪਕੌੜਾ, ਉਹ ਆਪਣਾ ਬਣ ਕੇ ਤਿਆਰ ਆ। ਕਿੰਨੇ ਕਿੰਨੇ ਨਾਸਤਾ ਇੱਦਾਂ ਦਾ ਬਣਾ ਕੇ ਖਾਧਾ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਸਾਡੀ ਵੀਡੀਓ ਚੰਗੀ ਲੱਗੀ ਇਹ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।